ਪਰ ਨਾ ਕਰੋ ਬੱਚਿਓ, ਨਾ ਕਰੋ। ਇਹ ਟੱਚ ਮੋਬਾਈਲ ਲੈ ਕੇ ਬੰਦਾ ਬੈਠਾ ਹੋਵੇ ਨਾ, ਇਹ ਤੇ ਬੰਦਾ ਲਿਖ ਲੈਣਾ ਮੈਂ ਕੋਟਲੀ ਪੁੱਟਿਆ ਜਾਣਾ, ਜਿੱਥੋਂ ਇੱਕ ਇੱਕ ਬੰਦਾ ਅਮਰੀਕਾ ਗਿਆ ਤੇ ਉਹ ਜਨਾਬ ਲਾਹੌਰੋਂ ਹੀ ਦੱਸਣ ਲੱਗ ਪੈਂਦੀ ਅੰਗਰੇਜ਼ਨੀ, ਰਾਈਟ ਲੈਫਟ ਰਾਈਟ ਲੈਫਟ ਰਾਊਂਡ ਬੌਂਡ ਯੂ ਟਰਨ। ਕਿਉਂ ਬਈ ਯੂ ਟਰਨ ਸਮਝਦੇ? ਬੋਲੋ ਹਾਂ, ਯੂ ਟਰਨ ਬੱਲੇ ਜ਼ਰਾ ਧਿਆਨ ਕਰੇ, ਧਿਆਨ ਕਰ ਧਿਆਨ ਪੁੱਤਰ। ਮੋਬਾਈਲ ਤੇ ਬੰਦਾ ਲਿਖ ਕੇ ਯੂ ਟਰਨ ਰਾਈਟ ਲੈਫਟ ਰਾਊਂਡ ਬੌਂਡ ਗੋਲ ਚੱਕਰ ਬੰਦਾ ਪਹੁੰਚ ਜਾਂਦਾ ਕਿੱਥੇ? ਕੋਟਲੀ ਚੱਲਿਆ। ਅੱਜ ਟੱਚ ਮੋਬਾਈਲ ਤੇ ਅਕਸਮੇ ਟੱਚ ਮੋਬਾਈਲ ਐਡੀ ਬਿਮਾਰੀ ਹੈ, ਦਾਣੇ ਭੁੰਨ ਵਾਲੀਆਂ ਵੀ ਚਲਾਈ ਆਉਂਦੀਆਂ, ਛੱਲੀਆਂ ਵੇਚਣ ਵਾਲੇ ਵੀ ਚਲਾਈ ਆਉਂਦੇ, ਅਨਪੜ੍ਹ ਵੀ ਚਲਾਈ ਆਉਂਦੇ, ਗਟਰ ਸਾਫ਼ ਕਰਨ ਵਾਲੇ ਵੀ ਚਲਾਈ ਆਉਂਦੇ। ਅੱਲਾ ਜਾਣਦਾ ਇੰਨੀ ਉਂਗਲ ਚਲਾਉਂਦੇ ਨੇ ਟੱਚ ਮੋਬਾਈਲ ਤੇ, ਉਹ ਟੱਚ ਆਉਂਦਾ ਯਾ ਅੱਲਾ ਜਾਂ ਮੈਨੂੰ ਚੁੱਕ ਲਾ ਜਾਂ ਇਹਨੂੰ ਚੁੱਕ ਲਾ। ਉਹ ਚੱਲਿਆ ਇੱਧਰੋਂ ਹੀ ਚਲੇ ਜਾਓ, ਮੌਲਵੀਆਂ ਤਾਂ ਸਾਰੀ ਯਾਦ ਹੁੰਦੇ ਨੇ, ਪਿੰਡ ਪਿੰਡ ਫਿਰੇ ਹੁੰਦੇ ਨੇ। ਹਾਂ, ਜਿੱਥੇ ਵੇਖੀ ਤਵਾ ਪਰਾਤ ਉੱਥੇ ਕੱਟੀ ਦਿਨ ਤੇ ਰਾਤ। ਨਹੀਂ ਸਹੀ ਗੱਲ, ਮੈਨੂੰ ਇੱਕ ਬੰਦਾ ਦਾ ਮੌਲੂ ਜੀ ਮੈਂ ਤੁਹਾਡੇ ਕੋਲ ਪ੍ਰਾਹੁਣਾ ਆਉਣਾ, ਮੈਂ ਕਿਹਾ ਮੈਂ ਆਪ ਰੋਜ਼ ਕਿਸੇ ਦਾ ਪ੍ਰਾਹੁਣਾ ਹੁੰਦਾ, ਤੂੰ ਮੇਰੇ ਵੱਲ ਆਉਣਾ ਹੈ। ਮੈਂ ਆਪ ਰੋਜ਼ ਕਿਸੇ ਦਾ ਪ੍ਰਾਹੁਣਾ ਹੁੰਦਾ, ਕਿਉਂ ਜੀ? ਅਤੇ ਮੇਰੇ ਵੱਲ ਤੂੰ ਮੈਂ ਕਿਵੇਂ ਆ ਸਕਦਾ? ਆਹ ਸਾਰਮ ਸਾਹਿਬ ਕਦੋਂ ਦੇ ਮੇਰੇ ਬੇਲੀ ਮੁਜ਼ਮਲਉਦੀਨ, ਕਦੀ ਲਾਹੌਰ ਮੇਰਾ ਮਹਿਮਾਨ ਬਣਿਆ? ਤੁਸੀਂ ਲੱਭੋਗੇ ਤਾਂ। ਲੱਭਣਾ ਹੀ ਨਹੀਂ। ਮੈਨੂੰ ਇੱਕ ਬੰਦਾ ਦਾ ਮੌਲੂ ਜੀ ਤੁਸੀਂ ਰਹਿੰਦੇ ਕਿੱਥੇ? ਮੈਂ ਕਿਹਾ ਮੇਰੀ ਡੈਰੀ 'ਚ, ਡੈਰੀ ਦੱਸ ਦਿੰਦੀ ਹੈ ਕੱਲ੍ਹ ਮੌਲਵੀ ਨੇ ਉੱਥੇ ਰਹਿਣਾ, ਪਰਸੋਂ ਉੱਥੇ ਰਹਿਣਾ, ਚੌਥ ਉੱਥੇ ਰਹਿਣਾ। ਸੱਚੀ ਗੱਲ, ਇਹ ਟੱਚ ਮੋਬਾਈਲ 'ਤੇ